ਰਜਿੰਦਰ ਸਿੰਘ ਹੈ ਜੀ। ਤੁਸੀਂ ਕਿਸ ਤਰ੍ਹਾਂ ਇਸ ਵੇਲੇ ਗੇਟ ਬੰਦ ਕੀਤਾ ਜੀ, ਕੀ ਵਜ੍ਹਾ ਕਾਰਨ ਹੋਈ? ਗੇਟ ਬੰਦ ਕਰਨ ਦਾ ਜੋ ਕਾਰਨ ਆ ਸਰ, ਉਹ ਇਹ ਆ ਵੀ ਅਸੀਂ ਪਿਛਲੀ 7 ਤਰੀਕ ਤੋਂ ਅੱਜ ਤਕਰੀਬਨ 13 ਤਰੀਕ ਹੋ ਸਕੀ ਆ, ਬਿਲਕੁਲ ਸ਼ਾਂਤਮਈ ਆਪਣਾ ਪ੍ਰੋਟੈਸਟ ਕਰ ਰਹੇ ਹਾਂ, ਆਪਣਾ ਇੱਕ ਸਾਈਡ 'ਤੇ ਬੈਠੇ ਹਾਂ, ਬਿਲਕੁਲ ਆਪਣੀਆਂ ਜੋ ਜਾਇਜ਼ ਅਤੇ ਮੰਗਾਂ ਨੇ ਉਹ ਮਨਵਾ ਰਹੇ ਹਾਂ ਸਰਕਾਰ ਤੋਂ। ਅਤੇ ਕੱਲ੍ਹ ਨੂੰ ਪੈਨਲ ਦੀ ਮੀਟਿੰਗ ਵੀ ਜੋ ਸਰਕਾਰ ਨੇ ਸਾਨੂੰ ਸੀ ਐੱਮ ਨਾਲ ਦਿੱਤੀ ਹੋਈ ਆ, ਸਾਡੀ ਸੂਬਾ ਕਮੇਟੀ ਨੂੰ, ਅਤੇ ਜੋ ਮੈਨੇਜਮੈਂਟ ਆ ਉਹ ਸਾਡੇ ਨਾਲ ਧੱਕਾ ਕਰ ਰਹੀ ਆ। ਇੱਕ ਕੰਡਕਟਰ ਤੋਂ ਦੋ ਦੋ ਗੱਡੀਆਂ ਚਲਵਾਈਆਂ ਜਾ ਰਹੀਆਂ ਨੇ ਜੋ ਕਿ ਸਰਾਸਰ ਗਲਤ ਆ। ਅਸੀਂ ਜੋ ਰੈਗੂਲਰ ਸਟਾਫ ਆ, ਇੱਕ ਕੰਡਕਟਰ ਇੱਕ ਹੀ ਗੱਡੀ ਚਲਾ ਸਕਦਾ, ਅੱਜ ਇੱਕ ਕੰਡਕਟਰ ਨੇ ਇੱਥੋਂ ਇੱਕ ਗੱਡੀ ਪਹਿਲਾਂ ਕੱਟ ਕੇ ਭੇਜਤੀ, ਰਸਤੇ 'ਚੋਂ ਵਾਪਸ ਆ ਕੇ ਦੂਸਰੀ ਗੱਡੀ ਲੈ ਗਿਆ। ਜੋ ਪਹਿਲੀ ਗੱਡੀ ਲੈ ਕੇ ਗਿਆ ਸੀ ਉਹ ਸੰਗਰੂਰ ਤੋਂ ਲੈ ਕੇ ਪਟਿਆਲੇ ਤੱਕ ਨੌਨ ਸਟੋਪ ਬਿਨਾਂ ਕਿਸੇ ਅੱਡੇ ਤੋਂ ਰੁਕੇ ਹੋਏ ਉਹ ਸੰਗਰੂਰ ਤੱਕ ਗਈ ਹੈ, ਆਪਣਾ ਪਟਿਆਲੇ ਤੱਕ ਗਈ ਆ ਗੱਡੀ, ਅਤੇ ਉਸ ਤੋਂ ਬਾਅਦ ਦੂਸਰੀ ਗੱਡੀ ਨੂੰ ਲੈ ਕੇ ਗਿਆ ਉਹ ਸਾਥੀ। ਅਤੇ ਇਸੇ ਤਰ੍ਹਾਂ ਹੀ ਉਹ ਉੱਧਰੋਂ ਦੂਸਰੀ ਅਤੇ ਉੱਧਰੋਂ ਕੀ, ਉਹਨੇ ਇਹੀ ਕੀਤਾ ਵੀ ਇੱਕ ਗੱਡੀ ਕੱਟ ਕੇ ਉਹ ਗੱਡੀ ਭੇਜਤੀ, ਪਰ ਉਹ ਗੱਡੀ ਜਦੋਂ ਸੰਗਰੂਰ ਆ ਕੇ ਚੈੱਕ ਕੀਤੀ ਗਈ ਉਹਦੇ ਵਿੱਚ 2 ਸਵਾਰੀਆਂ ਬਿਨਾਂ ਟਿਕਟ ਤੋਂ ਪਾਈਆਂ ਗਈਆਂ, ਜੋ ਕਿ ਫਰੋਡ ਆ ਮਹਿਕਮੇ ਦੇ ਨਾਲ, ਅਤੇ ਇਹ ਸਰਾਸਰ ਗਲਤ ਹੈ। ਇੱਕ ਕੰਡਕਟਰ ਇੱਕ ਹੀ ਗੱਡੀ ਲੈ ਕੇ ਜਾ ਸਕਦਾ, ਜਿਹੜੀ ਗੱਡੀ ਪਹਿਲਾਂ ਸੰਗਰੂਰੋਂ ਚੱਲੀ ਉਹ ਨੌਨ ਸਟੋਪ ਪਟਿਆਲੇ ਪਹੁੰਚੀ, ਜੋ ਪਟਿਆਲੇ ਤੋਂ ਚੱਲੀ ਉਹ ਨੌਨ ਸਟੋਪ ਸੰਗਰੂਰ ਪਹੁੰਚੀ, ਜਦੋਂ ਕਿ ਇਹ ਅਦਾਰਾ ਪਬਲਿਕ ਦਾ ਆਪਣਾ ਅਦਾਰਾ, ਜੋ ਸਵਾਰੀਆਂ ਰਸਤੇ ਦੇ ਵਿੱਚ ਭਵਾਨੀਗੜ੍ਹ ਚੰਨੋ ਝਕਾਵਦਾ ਜੋ ਵੀ ਸਟੋਪੇਜ ਪੈਂਦੇ ਨੇ ਉਹ ਸਟੋਪਿਆਂ 'ਤੇ ਸਵਾਰੀ ਖੜ੍ਹੀ ਰਹਿ ਗਈ ਅਤੇ ਉਸਨੂੰ ਇਹ ਸਹੂਲਤ ਨਾ ਮਿਲ ਸਕੀ। ਸੋ ਇਸ ਦੇ ਲਈ ਅਸੀਂ ਵਿਰੋਧ ਦੇ ਵਿੱਚ ਇਹ ਅੱਡਾ ਬੰਦ ਕੀਤਾ ਹੋਇਆ, ਅਤੇ ਮੈਨੇਜਮੈਂਟ ਤੋਂ ਮੰਗ ਕਰਦੇ ਹਾਂ ਕਿ ਸੰਬੰਧਿਤ ਅਧਿਕਾਰੀ ਜਾਂ ਸੰਬੰਧਿਤ ਕਨੈਕਟਰ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ, ਉਸ ਤੋਂ ਬਾਅਦ ਅਸੀਂ ਇਹ ਅੱਡਾ ਖੋਲ੍ਹਾਂਗੇ। ਨਾਮ ਕੀ ਤੁਹਾਡਾ ਜੀ? ਮੇਰਾ ਨਾਮ ਅਵਤਾਰ ਸਿੰਘ ਹੈ ਜੀ, PRTC ਸੂਬਾ ਆਗੂ ਸੰਗਰੂਰ। ਮੈਂ ਇਹ ਦੱਸ ਦੇਣਾ ਚਾਹੁੰਦਾ ਜੀ, ਅਸੀਂ ਬੜੀ ਪੀਸਫੁੱਲ ਪਿਛਲੇ 6-7 ਦਿਨਾਂ ਤੋਂ ਆਪਣੀ ਜੋ ਅਣਮਿੱਥੇ ਸਮੇਂ ਦੀ ਹੜਤਾਲ ਆ ਬੈਠੇ ਹਾਂ, ਸਾਡੀ ਕੱਲ੍ਹ ਨੂੰ CM ਨਾਲ ਮੀਟਿੰਗ ਵੀ ਹੈ। ਸੋ ਇਸ ਦੇ ਤਹਿਤ ਅਸੀਂ ਪਿਛਲੇ 2 ਦਿਨਾਂ ਤੋਂ ਇਹ ਸਾਨੂੰ ਦੇਖਣ ਨੂੰ ਆਇਆ ਕਿ ਅਲੀਗਲ ਤਰੀਕੇ ਨਾਲ ਬਿਨਾਂ ਕਨੈਕਟਰਾਂ ਤੋਂ ਬੱਸਾਂ ਚੱਲ ਰਹੀਆਂ ਨੇ ਸੰਗਰੂਰ ਤੋਂ ਪਟਿਆਲੇ ਤੱਕ ਨੌਨ ਸਟੋਪ ਗੱਡੀਆਂ। ਉਹਦੇ ਤਹਿਤ ਅਸੀਂ ਜੋ ਇੱਥੇ ਦੀ ਮੈਨੇਜਮੈਂਟ ਹੈ ਉਹਨੂੰ ਦੱਸ ਚੁੱਕੇ ਹਾਂ ਵੀ ਅਗਰ ਤੁਸੀਂ ਇਹ ਬੰਦ ਨਾ ਕਰਿਆ ਸਾਨੂੰ ਆਖਿਰਕਾਰ ਨੂੰ ਗੇਟ ਬੰਦ ਕਰਨੇ ਪੈਣਗੇ। ਸੋ ਉਹਦੇ ਤਹਿਤ ਅੱਜ ਸਵੇਰੇ ਸਾਡੀ ਜੋ ਮੌਕੇ ਦੇ DI ਸਾਹਿਬ ਉਹਨਾਂ ਨਾਲ ਗੱਲ ਵੀ ਹੋਈ ਫੋਨ 'ਤੇ ਔਨ ਰਿਕਾਰਡ, ਜਿਹਦੇ ਵਿੱਚ ਅਸੀਂ ਉਹਨਾਂ ਨੂੰ ਜਿਹੜੇ ਕਨੈਕਟਰ ਦੇ ਤਹਿਤ ਅੱਜ ਇਹ ਅੱਡਾ ਬੰਦ ਹੋਇਆ ਉਹੀ ਕਨੈਕਟਰ ਸਵੇਰੇ 2 ਗੱਡੀਆਂ ਲੈ ਕੇ ਗਿਆ, ਰਸਤੇ ਕਾਰ 'ਚੋਂ ਉਤਰ ਕੇ ਆਇਆ। ਸੋ ਮੈਂ ਦੱਸ ਦੇਣਾ ਚਾਹੁੰਦਾ, ਇੱਥੋਂ ਅਗਰ ਸੰਗਰੂਰ ਤੋਂ ਪਟਿਆਲਾ ਜਾਣਾ ਹੋਵੇ ਤਾਂ 1 ਘੰਟਾ 15 ਮਿੰਟ ਲੱਗਦੇ ਨੇ। ਤੁਸੀਂ ਇਹ ਕਿਹੜੇ ਕੈਟਾਗਰੀ ਦੇ ਵਿੱਚ ਕਿਹੜੇ ਕਾਨੂੰਨ ਚਾਹੁੰਦਾ ਵੀ ਇੱਕ ਕਨੈਕਟਰ 2 ਗੱਡੀਆਂ ਲੈ ਕੇ ਜਾਵੇ, ਜਾਂ ਉਹ ਕਿੱਦਾਂ ਹੋ ਸਕਦਾ ਵੀ 1 ਘੰਟੇ 15 ਮਿੰਟ ਦੇ ਵਿੱਚ 2 ਕਨੈਕਟਰ ਇਹ ਕੱਟੇ ਜਾਣ? ਸੋ ਅਸੀਂ ਇਹ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ, ਤੋਂ ਇੱਥੇ ਦੀ ਮੈਨੇਜਮੈਂਟ ਤੋਂ ਵੀ, ਜਿਹੜਾ ਫਰੋਡ ਦਾ ਕੇਸ ਆ ਉਹ ਬਣਦੀ ਕਾਰਵਾਈ ਕੀਤੀ ਜਾਵੇ, ਅਤੇ ਉਹਦੇ ਜਿਹੜਾ ਫਰੋਡ ਆ ਉਹਦੇ ਤਹਿਤ ਪਰਚਾ ਵੀ ਦਰਜ ਕੀਤਾ ਜਾਵੇ। ਇਹ ਕੋਈ ਨਹੀਂ ਪਤਾ PRTC ਦਾ ਕਿੰਨਾ ਨੁਕਸਾਨ ਕਰਿਆ, ਉਹ ਜਿਹਦੇ ਵਿੱਚ 2 ਅਸੀਂ ਸਵਾਰੀਆਂ ਸਾਡੇ ਕੋਲ ਔਨ ਰਿਕਾਰਡ ਉਹਦੀ ਵੀਡੀਓ ਆ ਬਿਨਾਂ ਟਿਕਟ ਤੋਂ ਪਾਈਆਂ ਗਈਆਂ। ਜੇ ਹੋ ਸਕਦਾ ਉਹਨੂੰ ਮੈਨੇਜਮੈਂਟ ਨੇ ਤੰਗ ਕੀਤਾ ਹੋਵੇ ਕਿ ਤੂੰ 2 ਗੱਡੀਆਂ ਚਲਾ, ਇਹ ਜੀ ਜੇ ਉਹ ਇਹ ਗੱਲ ਕਹਿੰਦਾ ਵੀ ਉਹਨੂੰ ਮੈਨੇਜਮੈਂਟ ਨੇ ਤੰਗ ਕਰਿਆ ਵੀ 2 ਗੱਡੀਆਂ ਚਲਾ, ਸਾਡੇ ਕੋਲ ਆ ਕੇ ਦੱਸੇ, ਜੂਨੀਅਰ ਨੂੰ ਦੱਸੇ, ਅਸੀਂ ਉਹ ਮੈਨੇਜਮੈਂਟ ਦੇ ਖਿਲਾਫ ਬਣਦੀ ਕਾਰਵਾਈ ਕਰਾਵਾਂਗੇ। ਇਹ ਕੋਈ ਐ ਨਹੀਂ ਹੈਗਾ ਜੀ, ਸਾਰੇ ਅਸੀਂ ਇੱਕ ਪੈਨਲ ਦੇ ਵਿੱਚ ਇੱਕ ਪਰਿਵਾਰ ਆ ਸਾਡਾ। ਅਗਰ ਉਹ ਵਰਕਰ ਇਹ ਕਹਿ ਰਿਹਾ ਵੀ ਸਾਨੂੰ ਮੈਨੇਜਮੈਂਟ ਨੇ ਕਿਹਾ ਜਾਂ ਇੱਥੇ ਦੇ ਜੋ ਮੁੱਖ MD ਜਾਂ GM ਜਾਂ ਕਿਸੇ ਨੇ ਵੀ ਸਾਨੂੰ ਕਿਹਾ ਵੀ 2 ਗੱਡੀਆਂ ਚਲਾ, ਉਹ ਸਾਡੇ ਕੋਲ ਆ ਕੇ ਬੈਠੇ, ਸਾਡੇ ਪ੍ਰਦਰਸ਼ਨ ਦੇ ਵਿੱਚ ਆ ਕੇ ਬੈਠੇ, ਅਸੀਂ ਉਹਦੇ ਨਾਲ ਹੈਲਪ ਕਰਾਵਾਂਗੇ, ਬਕਾਇਦਾ 9 ਦੱਸੇ ਅਸੀਂ ਉਹਦੇ ਪਾਗਾ ਬੰਦ ਦੀ ਕਾਰਵਾਈ ਕਰਾਵਾਂਗੇ। ਧੰਨਵਾਦ। ਕਿਹੜੀ ਥਾਂ ਤੇ ਜਾਣਾ ਤੁਸੀਂ? ਹੁਣ ਕਿਸੇ ਪਾਸੇ ਕੋਈ ਬੱਸ ਨਹੀਂ ਜਾ ਰਹੀ, ਦੇਖੀ ਜਾਓ ਜਿਵੇਂ ਬਣੂ ਦੂਸਰੀ ਉਤਰ ਕੇ ਜਾਵਾਂਗੇ। ਸਰਕਾਰ ਨੂੰ ਕੀ ਕਹਿਣਾ ਚਾਹੋਗੇ? ਸਰਕਾਰ ਨੂੰ ਕੀ ਕਹਿਣਾ, ਵੋਟਾਂ ਪਾ ਦਾ ਕੇ ਖੁਸ਼ ਹੋ ਕੇ ਪਹਿਲਾਂ ਵੀ ਪਾਉਣੇ ਬਹੁਤ ਸਾਨੂੰ। ਨਾਮ ਕੀ ਤੁਹਾਡਾ ਜੀ? ਪਿੰਕੀ ਰਾਣੀ ਜੀ। ਪਿੰਕੀ ਜੀ, ਤੁਸੀਂ ਕਿੱਥੋਂ ਆਏ ਹੋ ਤੇ ਕੀ ਤੁਹਾਨੂੰ ਪਰੇਸ਼ਾਨੀ ਆ ਰਹੀ ਹੈ? ਸੰਗਰੂਰ ਜੌਬ ਕਰਦੀ ਹਾਂ, ਬਟ ਮੈਨੇ ਧੂਰੀ ਜਾਣਾ, ਬੱਸਾਂ ਬੰਦ ਨੇ, ਕਹਿ ਰਹੇ ਧੂਰੀ ਬੱਸ ਜਾਣੀ ਨਹੀਂ ਅੱਜ, ਤੇ ਕਾਫੀ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਸਾਨੂੰ। ਬਹੁਤ ਦਿਨ ਹੋ ਗਏ, ਵੈਸੇ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਬੱਸਾਂ ਬੰਦ ਹੋਣ ਕਰਕੇ।
ਪ੍ਰਾਈਵੇਟ ਬੱਸ ਆ ਰਹੀ ਸੀ ਬਟ ਭੀੜ ਹੋਣ ਕਰਕੇ ਕਈ ਵਾਰ ਚੜਿਆ ਜਾਂਦਾ ਕਈ ਵਾਰ ਨਹੀਂ ਵੀ ਚੜਿਆ ਜਾਂਦਾ ਸਾਥੋਂ ਤੇ ਉਹਦੇ ਕਰਕੇ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ ਅਸੀਂ ਤਾਂ ਪੁੱਛ ਚਾਹੁੰਦੇ ਹਾਂ ਸਾਨੂੰ ਬੱਸਾਂ ਦੇ ਸਾਧਨ ਮਿਲੇ ਦੇਖੋ ਰੈਗੂਲਰ ਆਉਣ ਵਾਲੇ ਬੰਦੇ ਨੂੰ ਤਾਂ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈਗੀ ਔਰ ਸਵਾਰੀਆਂ ਇੰਨੀ ਦੇਰ ਖੜੀਆਂ ਰਹਿੰਦੀਆਂ ਨੇ ਫਿਰ ਕਿਤੇ ਜਾ ਕੇ ਕਿਤੇ ਬੱਸ ਮਿਲਦੀ ਹੈਗੀ ਰਾਜਾ ਵੜਿੰਗ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਬਸ ਵੱਧ ਤੋਂ ਵੱਧ ਸਰ ਬੱਸਾਂ ਦਾ ਹੱਲ ਜ਼ਰੂਰ ਕਰੋ ਕਿ ਜਿਹੜੀ ਸਵਾਰੀਆਂ ਨੇ ਉਹਨਾਂ ਨੂੰ ਦਿੱਕਤ ਦਾ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪੜਾਈ ਕਿੱਥੇ ਆਉਣਾ ਸੀ ਤੁਸੀਂ ਕਿਹੜੀ ਥਾਂ ਤੋਂ ਆਏ ਹੋ ਕਿੱਥੇ ਜਾਣਾ ਤੁਸੀਂ ਤੁਹਾਨੂੰ ਕਿੰਨੀ ਕੁ ਪਰੇਸ਼ਾਨੀ ਆ ਰਹੀ ਹੈ ਉਹ ਤੁਸੀਂ ਕਿਵੇਂ ਜਾਓਗੇ ਬੱਸ ਤਾਂ ਜਾ ਨਹੀਂ ਰਹੀ ਕੋਈ ਦੇਖਦੇ ਮੇਰੇ ਕੋਈ ਮਿਲ ਜੇ